ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹਰਸਿਮਰਨ ਕੌਰ ਹੈ ਅਤੇ ਮੈਂ ਸੰਗਰੂਰ ਤੋਂ ਹਾਂ। ਮੈਂ 2020 ਦੇ ਵਿੱਚ ਆਪਣੀ ਗ੍ਰੈਜੂਏਸ਼ਨ ਕੰਪਲੀਟ ਕੀਤੀ ਸੀ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਇੰਜੀਨੀਅਰਿੰਗ ਦੇ ਵਿੱਚ। ਉਸ ਤੋਂ ਬਾਅਦ ਮੇਰਾ 2 ਸਾਲ ਦਾ ਵਰਕ ਐਕਸਪੀਰੀਅੰਸ ਸੀਗਾ ਅਤੇ ਫਿਰ ਮੈਂ ਬਾਹਰ ਸਟੱਡੀ ਕਰਨਾ ਚਾਹੁੰਦੀ ਸੀ ਅਤੇ ਮੈਨੂੰ UK ਬੈਸਟ ਆਪਸ਼ਨ ਲੱਗਿਆ ਕਿਉਂਕਿ UK 1 ਸਾਲ ਦੇ ਵਿੱਚ ਮਾਸਟਰਸ ਪ੍ਰੋਵਾਈਡ ਕਰਦਾ। ਮੈਨੂੰ ਸੇਮ ਫੀਲਡ ਦੇ ਵਿੱਚ ਮਾਸਟਰਸ ਦੇ ਲਈ ਕੋਈ ਕੋਰਸ ਚਾਹੀਦਾ ਸੀ, ਇਸ ਲਈ ਮੇਰੇ ਫਰੈਂਡ ਨੇ ਮੈਨੂੰ ਰੈਕਮੈਂਡ ਕੀਤਾ ਨੈਵੀਗੇਟਰਸ ਆਉਣ ਲਈ, ਅਤੇ ਮੈਂ ਨੈਵੀਗੇਟਰਸ ਦੇ ਵਿੱਚ ਆਈ। ਇਹਨਾਂ ਨੇ ਮੇਰੀ ਬਹੁਤ ਜ਼ਿਆਦਾ ਹੈਲਪ ਕੀਤੀ ਅਤੇ ਅੱਜ ਸਕਸੈਸਫੁਲੀ ਮੇਰਾ ਵੀਜ਼ਾ ਮੈਨੂੰ ਮਿਲ ਗਿਆ ਹੈ। ਅਤੇ ਇਸ ਤੋਂ ਇਲਾਵਾ ਮੈਂ ਸਭ ਨੂੰ ਰੈਕਮੈਂਡ ਕਰਨਾ ਚਾਹੂੰਗੀ ਕਿ ਤੁਸੀਂ ਨੈਵੀਗੇਟਰ ਓਵਰਸੀਜ਼ ਦੇ ਆਫਿਸ ਦੇ ਵਿੱਚ ਜ਼ਰੂਰ ਸਬਮਿਟ ਕਰੋ, ਬਿਕੋਜ਼ ਇਹਨਾਂ ਦੀ ਐਡਵਾਈਸ ਕਾਫੀ ਅੱਛੀ ਹੁੰਦੀ ਹੈ ਔਰ ਇਹਨਾਂ ਦਾ ਸਕਸੈਸ ਰੇਟ ਵੀ ਕਾਫੀ ਅੱਛਾ ਹੈ। ਥੈਂਕ ਯੂ ਸੋ ਮੱਚ।